ਜਿੱਥੇ ਤੁਹਾਨੂੰ ਕੋਈ ਪਰੇਸ਼ਾਨੀ ਆਊ ਅਸੀਂ ਤੁਹਾਡੀ ਪਰੇਸ਼ਾਨੀ ਦਾ ਹੱਲ ਕਰਨੀ ਆਵਾਂਗੇ ਕਿਉਂ ਜਦੋਂ ਦੇ ਆਪਾਂ ਵੇਖੇ ਤੁਸੀਂ ਉਥੇ ਆਪਣਾ 13 ਤਰੀਕ ਦਾ ਜਦੋਂ ਆਇਆ ਨਾ ਜਦੋਂ ਅंसू ਗੈਸ ਵਜਦੇ ਸੀ ਇੱਥੇ ਕਿਸਾਨਾਂ ਦੇ ਉਦੋਂ ਇੱਥੇ ਦਰਦ ਹੁੰਦੀ ਸੀ ਕਿਉਂ ਇੱਥੇ ਚੁੱਕ ਚੁੱਕ ਅਸੀਂ ਲਿਆਂਦੇ ਉਥੇ ਆਪਣੇ ਮੁੰਡਿਆਂ ਨੇ ਚੁੱਕ ਕੇ ਲਿਆਂਦੇ ਐਂ ਲੱਗਦਾ ਵੀ ਜਿਵੇਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਲੱਗੀ ਆ ਇੰਨੀ ਜਿਆਦਾ ਮਤਲਬ ਵੇਖ ਕੇ ਨਾ ਆਪਣੇ ਆਪਣਾ ਦੁੱਖ ਵੀ ਆਪਣੇ ਦੇਸ਼ ਦੇ ਵਿੱਚ ਹੀ ਆਪਣੇ ਹੀ ਲੋਕਾਂ ਨੂੰ ਆਪਣੇ ਹੀ ਜਿਵੇਂ ਆਪਣੇ ਉਹ ਵੀ ਭੈਣ ਭਰਾ ਆਪਣੇ ਹੀ ਆ ਜਿਹੜੇ ਅਗੋਂ ਚਲਾਉਂਦਾ ਆ ਵੀ ਬੜਾ ਦੁੱਖ ਆਉਂਦਾ ਵਾ ਵੀ ਆਪਣੇ ਦੇਸ਼ ਦੇ ਵਿੱਚ ਹੀ ਇੰਨਾ ਜਿਆਦਾ ਤਸ਼ੱਦਦ ਹੋਉਂਦਿਆ ਆਪਣੇ ਕਿਸਾਨਾਂ ਤੇ ਕਿਸਾਨ ਨੂੰ ਕਿਤੇ ਤੇ ਕਹਿੰਦੇ ਆ ਵੀ ਕਿਸਾਨ ਇਹ ਆਪਣਾ ਜਹਾ ਨਦਾਤਾ ਵਾ ਤੇ ਅੱਜ ਕਿਸਾਨ ਛੜਕਾਂ ਤੇ ਰੋਲਦੇ ਆ ਵਾ ਜੇ ਪਿਛੇ ਲਾਈਏ ਆਪਣਾ ਜਦੋਂ ਹਾੜਾ ਹੈ ਹੜ ਦੇ ਵਿੱਚ ਵੀ ਕਿੰਨੇ ਕਿਸਾਨਾਂ ਦੀ ਦੁਰਗਤੀ ਹੋਈ ਆ ਤੇ ਅੱਜ ਵੀ ਕਿਸਾਨਾਂ ਦਾ ਕਿੰਨਾ ਬੁਰਾ ਆਲਿਆ ਬੜਾ ਦੁੱਖੋਂ ਦਾ ਵਾ ਦਵਾਈਆਂ ਤੇ ਦੇਣ ਨੇ ਪਰ ਮਨ ਵੀ ਬੜਾ ਦੁੱਖੋਂ ਦੁਖੀ ਹੁੰਦਾ ਜਦੋਂ ਇੱਥੇ ਆਣ ਕੇ ਸ਼ਰੇ ਵੇਖਨੇ ਕਈਆਂ ਦੇ ਅੰਦਰ ਬਾ ਸ਼ਰੇ ਅੰਦਰੋਂ ਕੱਢਿਆ ਮਤਲਬ ਕੱਟ ਲਾ ਲਾ ਕੇ ਉੱਤੇ ਟੰਕੇ ਲਾਏ ਆ ਬੜਾ ਦੁੱਖ ਆਉਂਦਾ ਇਸ ਚੀਜ਼ ਦਾ ਬੜਾ ਮਨ ਦੁਖੀ ਹੁੰਦਾ ਵਾ ਵੀ ਇਹ ਨਹੀਂ ਹੋਣਾ ਚਾਹੀਦਾ ਜੋ ਹੋਣ ਦਿਆ ਵਾ ਸੋ ਵੀਰ ਜੀ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਉਹ ਇੱਥੇ ਆ ਰਹੀਆਂ ਨੇ ਜਿਹੜਾ ਇਹ ਗੈਸ ਇੱਕ ਕਹਿੰਦੇ ਜ਼ਹਿਰੀਲੀ ਗੈਸ ਆ ਕਿਹੜੇ ਕਿਹੜੀਆਂ ਪ੍ਰੋਬਲਮਾਂ ਆ ਰਹੀਆਂ ਨੇ ਜਿਆਦਾ ਪ੍ਰੋਬਲਮਾਂ ਤੋਂ ਗਲੇ ਦੀ ਬਹੁਤ ਆ ਰਹੀ ਆ ਅੱਖਾਂ ਦੀ ਬਹੁਤ ਆ ਰਹੀ ਆ ਅੱਜ ਜਦੋਂ ਚੱਲਦੇ ਆ ਨਾ ਉਹ ਪਰਸੋਂ ਦੇ ਉਹਨਾਂ ਛੱਡੇ ਆ ਪਰਸੋਂ ਤੋਂ ਚੌਥੇ ਤੇ ਬਹੁਤ ਛੱਡੇ ਰਿਹਾ ਉਹ ਅੱਜ ਤੱਕ ਉਹਦਾ ਅਸਰ ਚੱਲਨ ਦਿਆ ਵਾ ਆਪਣੇ ਵੀਰਾਂ ਜਿਹੜੇ ਚੈਨਲ ਵਾਲੇ ਵੀ ਵੀਰ ਕੁਸ਼ ਆ ਉਹਨਾਂ ਦੇ ਵੀ ਗਲੇ ਬਹਿ ਗਏ ਆ ਇਦਾਂ ਵੇਖ ਕੇ ਅੱਖਾਂ 'ਚ ਵੀ ਅੱਖਾਂ ਦੀ ਤਾਂ ਬਹੁਤ ਪ੍ਰੋਬਲਮ ਆਉਂਦੀ ਜਿੰਨੇ ਵੀ ਆਪਣੇ ਕਿਸਾਨ ਵੀ ਆਉਂਦੇ ਅੱਖਾਂ 'ਚ ਪਾਣੀ ਵਗੰਦੇ ਆ ਵਾ ਬਾਕੀ ਜਿਵੇਂ ਹੁਣ ਜਿਵੇਂ ਉੱਠ ਕੇ ਤੁਰ ਪੈਂਦੇ ਆ ਜਦੋਂ ਹੱਲਾ ਬੋਲਦੇ ਆ ਕਈਆਂ ਨੂੰ ਸ਼ੂਗਰ ਆ ਬੀਪੀ ਆ ਬਹੁਤ ਜਾਂਦੀਆਂ ਪ੍ਰੋਬਲਮਾਂ ਇਦਾਂ ਦੀਆਂ ਬਹੁਤ ਮਤਲਬ ਪਰੇਸ਼ਾਨੀਆਂ ਆਉਂਦੀਆਂ ਦਵਾਈਆਂ ਵੀ ਨਹੀਂ ਕੀ ਲੈ ਕੇ ਆਏ ਉਹ ਵੀ ਆਪਾਂ ਇੱਥੋਂ ਆਪਣੇ ਤੋਂ ਦਵਾਈ ਲੈਣਦੇ ਆਣ ਕੇ ਕਈਆਂ ਦੇ ਪੈਰ ਗਲ ਗਏ ਆ ਹਾਂਜੀ ਹਾਂਜੀ ਇਹੋ ਜਿਹੀ ਬਹੁਤ ਮੁਸ਼ਕਲਾਂ ਹੁੰਦੀਆਂ ਵਾ ਜੇ ਆਪਾਂ ਤੂੰ ਇਹਦੀ ਗੱਲ ਕਰ ਲਈਏ ਵੀ ਜੇ ਆਪਾਂ ਇਹਦਾ ਕੋਈ ਦੇਸੀ ਇਲਾਜ ਉਹ ਕਰਨਾ ਹੋਵੇ ਤਾਂ ਦੇਸੀ ਇਲਾਜ ਕੀ ਆ ਕਿਉਂਕਿ ਕਈਆਂ ਦੇ ਜਿਹੜੇ ਗਲ ਨੇ ਉਹ ਖਰਾਬ ਹੋ ਗਏ ਸਾਧ ਹੀ ਦਿੱਕਤ ਆਉਣ ਲੱਗ ਗਈ ਜੇ ਦੇਸੀ ਇਲਾਜ ਮੰਨੀਏ ਦੇਸੀ ਇਲਾਜ ਕੀ ਹੈ ਦੇਸੀ ਇਲਾਜ ਤੇ ਹੋਈਆ ਗਰਾਰੇ ਆ ਗਲੇ ਦੇ ਜਿਵੇਂ ਨਾ ਵੀ ਗਲੇ ਦੇ ਗਰਾਰੇ ਆ ਜਾਂ ਗਰਮ ਪਾਣੀ 'ਚ ਸ਼ਹਿਦ ਪਾ ਕੇ ਹੋਈਆ ਬਾਕੀ ਅਸੀਂ ਤੇ ਇਥੇ ਮੈਡੀਸਨ ਦੇਂਦੇ ਜਿਹੜੀ ਜਿਸਟ ਹੈ ਉਹ ਤੇ ਸਿਸਟਮ ਦਾ ਬਣਦਾ ਨਾ ਕੰਮ ਹਾਂਜੀ ਹਾਂਜੀ ਹਾਂ ਸੋ ਇੱਕ ਨਾ ਜਿਹੜੇ ਉਹ ਗੋਲੇ ਦਾਗੇ ਜਾ ਰਹੇ ਨੇ ਹਨਾ ਉਹ ਕਈ ਜਿੱਦਾਂ ਮਿਲੇ ਨੇ ਉਹ ਐਕਸਪਾਇਰੀ ਡੇਟ ਦਿੰਨੇ ਹਨਾ ਤੇ ਉਹ ਐਕਸਪਾਇਰੀ ਹੋਣ ਕਰਕੇ ਜਿਹੜੀਆਂ ਜ਼ਿਆਦਾ ਵੀ ਜ਼ਿਆਦਾ ਜ਼ਹਿਰੀਲਾ ਹੋ ਜਾਂਦਾ ਜਾਂ ਕੀ ਉਹ ਹੁੰਦਾ ਉਹਦਾ ਤੁਸੀਂ ਇਹੋ ਹਿਸਾਬ ਲਾਓ ਕੋਈ ਵੀ ਐਕਸਪਾਇਰੀ ਚੀਜ਼ ਉਹ ਆਪਾਂ ਕੋਈ ਵੀ ਮੈਡੀਸਿਨ ਹੀ ਆਪਾਂ ਵਰਤਦੇ ਨਹੀਂ ਵੀ ਉਹਦਾ ਉਹਦਾ ਗਲਤ ਅਸਰ ਹੋ ਸਕਦਾ ਵਾ ਤੇ ਉਹ ਤੇ ਉਹਨਾਂ ਨੂੰ ਮੈਨੂੰ ਨਹੀਂ ਪਤਾ ਲੱਗਦਾ ਵੀ ਉਹ ਕਿਉਂ ਇਹ ਚੀਜ਼ਾਂ ਵਰਤਾਂਦੇ ਆਪਣੀ ਹੀ ਲੋਕਾਂ ਤੇ ਇਹੋ ਜਿਹੀਆਂ ਚੀਜ਼ਾਂ ਵਰਤਾਂਦੇ ਐਕਸਪਾਇਰੀ ਚੀਜ਼ਾਂ ਐਕਸਪਾਇਰੀ ਚੀਜ਼ ਕੋਈ ਵੀ ਉਹਦਾ ਗਲਤ ਅਸਰ ਤੇ ਹੈਗਾ ਹੀ ਹੈਗਾ ਤੁਹਾਨੂੰ ਵੀ ਪਤਾ ਵਾ ਹਾਂਜੀ ਹਾਂਜੀ ਸੋ ਡਾਕਟਰ ਸਵਾਇਮਨ ਯੂਐਸਏ ਹਨਾ ਬਹੁਤ ਵੱਡਾ ਨਾਂ ਰਿਹਾ ਜਿਹੜਾ ਕਿਸਾਨੀ ਮੋਰਚੇ ਦੇ ਵਿੱਚ ਜਦੋਂ ਜੇ ਮੋਰਚਾ ਦਿੱਲੀ ਵੱਲ ਬਾਧਾ ਜਾਂ ਫਿਰ ਇੱਥੇ ਜਿਹੜਾ ਵੱਡਾ ਮੋਰਚਾ ਲਾਦਾ ਡਾਕਟਰ ਸਾਹਿਬ ਫਿਰ ਆਉਣਗੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਉਹ ਤੇ ਪੂਰੇ ਮਤਲਬ ਉਹ ਉਹ ਉਹਨਾਂ ਦੀ ਇਹ ਸੋਚ ਆ ਸ਼ੁਰੂ ਤੋਂ ਹੀ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੀ ਵੀ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੁਝ ਵੀ ਕਰ ਸਕਦੇ ਆ ਜੇ ਸਾਨੂੰ ਆਉਣਾ ਪਿਆ ਸੀ ਆਵਾਂਗੇ ਵੀ ਅਹੀਂ ਪੰਜਾਬ ਦੇ ਲੋਕਾਂ ਵਾਸਤੇ ਹਰ ਟਾਈਮ ਹਰ ਪੈਰ ਮਤਲਬ ਕਿਉਂ ਹੁਣ ਉਹਨਾਂ ਦੀ ਜੇ ਗੱਲ ਕਰੀਏ ਉਹ ਹੁਣ ਅੱਜ ਰਾਤ ਦੀਆਂ ਸ਼ਿਫਟਾਂ ਲਾਉਂਦੇ ਆ ਮਤਲਬ ਕਿ ਦਿਨੇ ਆਪਣਾ ਕੰਮ ਕਰਕੇ ਤੇ ਰਾਤ ਨੂੰ ਕਿਸਾਨੀ ਵਾਸਤੇ ਸ਼ਿਫਟਾਂ ਲਾਉਂਦੇ ਆ